ਕਾਲ ਦੋਸਤੋ ਸਾਰਾ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਕਾਲੀ ਦਲ ਸੰਯੁਕਤ 15 ਤਰੀਕ ਨੂੰ ਸੂਬੇ ਭਰ 'ਚ ਦੇਵੇਗਾ ਮਹਿੰਗਾਈ ਦੇ ਖਿਲਾਫ਼ ਧਰਨੇ। ਬੇਅਦਬੀ ਮਾਮਲਿਆਂ 'ਚ ਬਾਦਲਾਂ ਅਤੇ ਵਿਜੇ ਕੁਮਾਰ ਪ੍ਰਤਾਪ ਦਾ ਨਾਰਕੋ ਟੈਕਸਟ ਹੋਣਾ ਚਾਹੀਦਾ ਹੈ। ਬੀਰ ਦਵਿੰਦਰ ਸਿੰਘ ਅਕਾਲੀ ਦਲ ਸੰਯੁਕਤ ਦੇ ਬੁਲਾਰੇ ਅਤੇ ਤੇਜ਼ ਤਰਾਰ ਆਗੂ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦਾ ਸੱਚ ਸਾਹਮਣੇ ਲਿਆਉਣ ਲਈ ਬਾਦਲਾਂ ਅਤੇ ਕੁੰਵਰ ਵਿਜੇ ਪ੍ਰਤਾਪ ਦਾ ਨਾਰਕੋ ਟੈਸਟ ਹੋਣਾ ਜ਼ਰੂਰੀ ਹੈ। ਮੰਗਲਵਾਰ ਨੂੰ ਸੀਨੀਅਰ ਆਗੂਆਂ ਸਮੇਤ ਫਤਿਹਗੜ੍ਹ ਸਾਹਿਬ 'ਚ 15 ਜੁਲਾਈ ਨੂੰ ਮਹਿੰਗਾਈ ਖਿਲਾਫ਼ ਦਿੱਤੇ ਜਾਣ ਵਾਲੇ ਧਰਨਿਆਂ ਦੀ ਰੂਪ ਰੇਖਾ ਤਿਆਰ ਕਰਨ ਸਮੇਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸਾਬਕਾ IG ਪਰਮਰਾਜ ਸਿੰਘ ਉਮਰਾਨਗਲ ਨੇ ਨਾਰਕੋ ਟੈਸਟ ਲਈ ਹਾਮੀ ਭਰੀ ਹੈ, ਉਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸਾਬਕਾ IG ਵਿਜੇ ਕੁੰਵਰ ਪ੍ਰਤਾਪ ਸਿੰਘ ਵੀ ਨਾਰਕੋ ਟੈਸਟ ਕਰਵਾਉਣ ਲਈ ਖੁਦ ਅੱਗੇ ਆਉਣਾ ਚਾਹੀਦਾ ਹੈ, ਜਿੱਥੋਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕਦਾ ਹੈ। ਸੋ ਦੋਸਤੋ, ਇਹੋ ਜਿਹੀਆਂ ਹੋਰ ਖਬਰਾਂ ਦੇ ਲਈ ਸਾਡਾ ਟੀਵੀ USA ਨਾਲ ਬਣੇ ਰਹੋ। ਧੰਨਵਾਦ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਇਹ ਫੈਸਲਾ ਕੀਤਾ ਹੈ ਕਿ 15 ਤਾਰੀਖ ਨੂੰ ਸਾਰੇ ਪੰਜਾਬ 'ਚ ਜ਼ਿਲ੍ਹਾ ਪੱਧਰੀ ਧਰਨੇ ਪਾਰਟੀ ਵੱਲੋਂ ਦਿੱਤੇ ਜਾਣੇ ਨੇ। 12 ਤੋਂ 1 ਧਰਨਾ ਦੇਣਾ 1 ਘੰਟਾ, 1 ਵਜੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੈਂਡਮ ਦੇਣੇ ਨੇ। ਇਹ ਮਹਿੰਗਾਈ ਦੇ ਖਿਲਾਫ਼ ਹੈ, ਜਿਹੜੀ ਲੱਖ ਤੋੜ ਵੀ ਮਹਿੰਗਾਈ, ਪੈਟਰੋਲ ਦੀਆਂ ਕੀਮਤਾਂ ਵਧੀਆਂ, ਡੀਜ਼ਲ ਦੀਆਂ ਕੀਮਤਾਂ ਵਧੀਆਂ, ਰਸੋਈ ਗੈਸ ਦੀਆਂ ਕੀਮਤਾਂ ਵਧੀਆਂ, ਅਤੇ ਜਿਹੜਾ ਸਿਲੰਡਰ 250 ਰੁਪਏ ਦਾ ਸੀ ਉਹ 900 ਤੱਕ ਪਹੁੰਚ ਗਿਆ, ਹੁਣ ਪੈਟਰੋਲ 100 ਤੋਂ ਟੱਪ ਗਿਆ ਹੈ ਜੀ, ਅਤੇ ਇਸੇ ਤਰ੍ਹਾਂ ਡੀਜ਼ਲ 100 ਨੂੰ ਢੁੱਕ ਗਿਆ, ਅਤੇ ਲੱਖ ਤੋੜਤਾ ਲੋਕਾਂ ਦਾ, ਕੋਈ ਚੀਜ਼ ਜਿਹੜੀ ਹੈ ਉਹ ਸਹੀ ਕੀਮਤ 'ਤੇ ਨਹੀਂ ਮਿਲ ਰਹੀ। ਈਵਨ ਮਿੱਟੀ ਦਾ ਤੇਲ ਜਿਹੜਾ ਹੈਗਾ ਉਹ ਵੀ ਨਹੀਂ ਉਪਲਬਧ ਹੋ ਰਿਹਾ, ਉਹ ਵੀ 60 ਰੁਪਏ ਲੀਟਰ ਹੋ ਗਿਆ। ਇਸ ਕਰਕੇ ਇਸ ਮਹਿੰਗਾਈ ਦੇ ਖਿਲਾਫ਼ ਅਸੀਂ ਆਵਾਜ਼ ਬੁਲੰਦ ਕਰਨ ਲਈ ਧਰਨਾ ਦੇ ਰਹੇ ਹਾਂ। 15 ਤਰੀਕ ਨੂੰ ਫਤਿਹਗੜ੍ਹ ਸਾਹਿਬ ਵੀ ਦਿੱਤਾ ਜਾਏਗਾ, ਉਹਦੇ ਸੰਬੰਧ 'ਚ ਹੀ ਸਾਰੀ ਲੀਡਰ ਪਾਰਟੀ ਦੇ ਇਕੱਠੇ ਹੋਏ ਨੇ। ਦੂਸਰੀ ਗੱਲ ਇਹ ਹੈ ਵੀ ਅੱਜ ਅਖਬਾਰਾਂ 'ਚ ਖਬਰ ਛਪੀ ਹੈ ਕਿ ਜਿਹੜੀ ਨਵੀਂ ਸਿੱਟ ਬਣਾਈ ਹੈ ਹਾਈ ਕੋਰਟ ਦੇ ਫੈਸਲੇ ਅਨੁਸਾਰ, ਉਸ ਸਿੱਟ ਨੇ ਜਿਹੜੀ ਲਿਸਟ ਸੀਗੀ ਅਕਿਊਜ਼ਡ ਪਰਸਨਸ ਦੀ, ਉਹਦੇ ਵਿੱਚੋਂ ਰਾਮ ਰਹੀਮ ਦਾ ਨਾਂ ਜਿਹੜਾ ਹੈਗਾ, ਸਰਸਾ ਵਾਲੇ ਬਾਬੇ ਦਾ ਨਾਂ ਉਹਦੇ 'ਚੋਂ ਕੱਢ ਦਿੱਤਾ ਹੈਗਾ। ਅਤੇ ਅਸੀਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਜਦੋਂ ਇਹ ਸਿੱਟ ਬਣੀ ਸੀ ਅਸੀਂ ਇਹਨੂੰ ਰੱਦ ਕੀਤਾ ਸੀ ਕਿ ਸਾਡਾ ਕੋਈ ਵਿਸ਼ਵਾਸ ਨਹੀਂ, ਇਹ ਲੋਕਾਂ ਦੇ ਅੱਖਾਂ ਵਿੱਚ ਕੱਟਾ ਪਾਉਣ ਲਈ ਬਣਾਈ ਗਈ ਹੈ। ਅਤੇ ਦੁੱਖ ਦੀ ਗੱਲ ਤਾਂ ਇਹ ਹੈ ਵੀ ਪਹਿਲੀ ਸਿੱਟ ਨੇ ਬਾਦਲਾਂ ਨੂੰ ਕੱਢਤਾ ਸੀ ਉਸ ਸੂਚੀ 'ਚ, ਬਾਦਲਾਂ ਦਾ ਚਲਾਣ 'ਚ ਕਿਸੇ 'ਚ ਨਾਂ ਨਹੀਂ ਸੀਗਾ, ਔਰ ਹਾਈ ਕੋਰਟ ਨੇ ਵੀ ਬਾਦਲਾਂ ਦੇ ਹੱਕ 'ਚ ਫਤਵਾ ਦਿੱਤਾ। ਇਹ ਜਿਹੜੀ ਸਿੱਟ ਹਾਈ ਕੋਰਟ ਦੇ ਆਦੇਸ਼ 'ਤੇ ਬਣੀ ਹੈ, ਉਹਨੇ ਜਿਹੜਾ ਤੀਜਾ ਮੁੱਖ ਮੁਲਜ਼ਮ ਜੋ ਸਿੱਖ ਸੰਗਤਾਂ ਦੇ ਪਰਸੈਪਸ਼ਨ ਦੇ ਵਿੱਚ, ਇਹ ਸਾਰੇ ਪਰਸੈਪਸ਼ਨ ਦੇ ਮੁਲਜ਼ਮ ਨੇ, ਜਿਹੜੀ ਸਿੱਖ ਸੰਗਤਾਂ ਦੀ ਸੋਚ ਹੈ ਉਹ ਇਹ ਸਮਝਦੇ ਨੇ ਵੀ ਇਹਨਾਂ ਦੀ ਵਿਲੀ ਭੁਗਤ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ, ਸਮਝ ਗਏ ਨਾ, ਜਿਹਦੇ 'ਚ ਸਰਸੇ ਵਾਲਾ ਬਾਬਾ ਵੀ ਸ਼ਾਮਿਲ ਹੈ, ਜਿਹਦੇ 'ਚ ਸੁਖਬੀਰ ਵੀ ਸ਼ਾਮਿਲ ਹੈ, ਜਿਹਦੇ 'ਚ ਆਪਣਾ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਿਲ ਹੈ, ਇਹਨਾਂ ਦੀ ਸਰਕਾਰ ਸੀ, ਇਹਨਾਂ ਨੇ ਉਹਦੀ ਫਿਲਮ ਚਲਾਈ, ਇਹਨਾਂ ਨੇ ਤਖਤਾਂ ਦੇ ਜਹੇਦਾਰ ਬੁਲਾ ਕੇ ਉਹਨੂੰ ਮਾਫ਼ ਕੀਤਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵਾਪਸ ਲਿਆ। ਇਹ ਸਾਰਾ ਕੁਝ ਇਹਨਾਂ ਦੀ ਸਾਂਝੀ ਮਿਲੀ ਭੁਗਤ ਨਾਲ ਹੋਇਆ। ਹੁਣ 2 ਤਾਂ ਪਹਿਲੀ ਸਿੱਟ ਨੇ ਕੱਢਤੇ, ਤੀਜੀ ਜਿਹੜੀ ਨਵੀਂ ਬਣੀ ਹੈ ਉਹਨੇ ਸਰਸੇ ਵਾਲੇ ਨੂੰ ਵੀ ਕੱਢਤਾ, ਫਿਰ ਹੁਣ ਤਾਂ ਬੇਮਾਨਾ ਹੋਰ ਰਹਿ ਗਿਆ, ਹੁਣ ਕਾਹਦੀ ਰਹਿ ਗਈ ਮਰੋ ਫਿਰ। ਇਸ ਲਈ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਨਿਆਂ ਜਿਹੜਾ ਹੈਗਾ ਉਹਦੀ ਡਗਰ ਬਹੁਤ ਦੂਰ ਚਲੀ ਗਈ, ਸਿੱਖਾਂ ਨੂੰ ਨਿਆਂ ਨਹੀਂ ਮਿਲ ਰਿਹਾ। ਬੜਾ ਭਾਰੀ ਰੋਸ ਹੈ ਸਿੱਖ ਕੌਮ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਦਾ। ਹੁਣ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਨੇ ਉਹਨਾਂ ਨੂੰ ਰੀਓਪਨ ਕਰੋ, ਰੀਓਪਨ ਕਰਕੇ ਰਿਵਿਊ ਕਰੋ। ਜਿਹੜੇ ਬਹੁਤੀ ਮਹਿੰਗੀ ਕੀਮਤ 'ਤੇ ਬਿਜਲੀ ਖਰੀਦਣ ਦੇ ਇਹਨਾਂ ਨੇ ਪਾਵਰ ਪਰਚੇਜ਼ ਐਗਰੀਮੈਂਟ ਕੀਤੇ ਨੇ ਉਹ ਰੱਦ ਕਰੋ। ਸਾਡਾ ਇਹ, ਅਸੀਂ ਤਾਂ ਪਹਿਲਾਂ ਬਿਆਨ ਵੀ ਦੇ ਚੁੱਕੇ ਹਾਂ ਪਾਰਟੀ ਵੱਲੋਂ ਭਈ ਇਹ ਦੋਨਾਂ ਦੀ ਉਸ 'ਚ ਵੀ ਮਿਲੀ ਭੁਗਤ ਆ, ਜਿਹੜੀ ਬਿਜਲੀ ਦੇ ਨਾਂ 'ਤੇ ਲੁੱਟ ਹੋਈ ਹੈ ਪਹਿਲਾਂ ਬਾਦਲਾਂ ਨੇ ਕੀਤੀ ਔਰ ਉਦੋਂ ਬਾਅਦ ਕੈਪਟਨ ਨੇ ਕੀਤੀ ਹੈ, ਉਹ ਹੁਣ ਸਾਹਮਣੇ ਆ ਗਈ।
बादलों का इल्जाम आ गया कि कैप्टन ने 16 करोड़ रुपया लिया। हुण असीं इन्हां नूं पुछदे हां वी जे कैप्टन ने 16 लिया तां उन्हां ने किन्ना लिया, क्योंकि उन्हां दे वेले ये थर्मल प्लांट लगे ने।